ਜਿਵੇਂ ਹੀ ਕਾਂਗਰਸ ਨੇ ਖਡੂਰ ਸਾਹਿਬ ਜਿਮਨੀ ਚੋਣਾਂ ਨਾਲ ਲੜਨ ਦਾ ਐਲਾਨ ਕੀਤਾ ਸੀ ਤਾਂ ਜਗਮੀਤ ਬਰਾੜ ਨੇ ਟਵੀਟ ਕਰਕੇ ਕਿਹਾ ਸੀ ਕਿ ਬਾਈਕਾਟ ਕਰਨ ਦੀ ਵਜ੍ਹਾ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਅਤੇ ਬਾਈਬਲ ਕਲਾਮ, ਵਾਹ, ਬਾਕੀ ਕਾਰਨ ਜਨਤਾ ਜਾਣੇ। ਇਸ ਤੋਂ ਬਾਅਦ ਦੂਜਾ ਟਵੀਟ ਕੀਤਾ ਜਿਸ ਵਿੱਚ ਕਿਹਾ ਸੀ ਕਿ ਜਿਹੜੇ ਕਹਿੰਦੇ ਸੀ ਮਾਰਾਂਗੇ ਨਾਲ ਤੇਰੇ, ਮਰਾਂਗੇ ਨਾਲ ਤੇਰੇ, ਮਾਫ਼ ਕਰਨਾ, ਛੱਡ ਕੇ ਮੈਦਾਨ ਭੱਜ ਗਏ, ਦੇਸ਼ ਭਗਤ ਪੰਜਾਬੀਆਂ ਨਾਲ ਧੋਖਾ। ਤੀਸਰੇ ਟਵੀਟ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਸੀਂ ਆਪਣੀ ਕਬਰ ਆਪ ਖੋਦੀ, ਕਿਸੇ ਨੂੰ ਕਸੂਰਵਾਰ ਠਹਿਰਾਉਣ ਦੀ ਲੋੜ ਨਹੀਂ, ਇਹ ਪਬਲਿਕ ਹੈ, ਸਭ ਜਾਣਦੀ ਹੈ। ਇਹਨਾਂ ਤਿੰਨ ਟਵੀਟ ਨੂੰ ਮੰਨਿਆ ਗਿਆ ਕਿ ਕਾਂਗਰਸ ਦੇ ਖਿਲਾਫ, ਕਾਂਗਰਸ ਦੇ ਫੈਸਲੇ ਦੇ ਖਿਲਾਫ ਜਗਮੀਤ ਬਰਾੜ ਨੇ ਬਗਾਵਤ ਕੀਤੀ ਹੈ, ਜਿਸ ਕਰਕੇ ਹੁਣ ਇਹ 20 ਸਾਬਕਾ ਵਿਧਾਇਕ ਲਾਮਬੰਦ ਹੋ ਗਏ ਨੇ ਅਤੇ ਕਾਰਵਾਈ ਦੀ ਮੰਗ ਕਰ ਰਹੇ ਨੇ। ਉਧਰ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਪਹੁੰਚੇ ਕੈਪਟਨ ਅਮਰਿੰਦਰ ਸਿੰਘ ਨੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਖਡੂਰ ਸਾਹਿਬ ਜਿਮਨੀ ਚੋਣ ਨਾ ਲੜਨ ਦੇ ਫੈਸਲੇ ਬਾਰੇ ਜੋ ਬਿਆਨ ਜਗਮੀਤ ਬਰਾੜ ਵੱਲੋਂ ਦਿੱਤਾ ਗਿਆ ਉਹ ਉਹਨਾਂ ਦੀ ਪੁਰਾਣੀ ਆਦਤ ਹੈ ਅਤੇ ਉਹਨਾਂ ਖਿਲਾਫ਼ ਪਾਰਟੀ ਹਾਈਕਮਾਂਡ ਵੱਲੋਂ ਸਖ਼ਤ ਐਕਸ਼ਨ ਲਿਆ ਜਾਏਗਾ। ਜਗਮੀਤ ਬਰਾੜ ਦਾ ਇੱਕ ਅਨਫੋਰਚੁਨੇਟ ਟ੍ਰੈਂਡ ਹੈ ਕਿ ਹੀ ਟ੍ਰਾਈਜ਼ ਟੂ ਮੇਕ ਅ ਸਟੇਟਮੈਂਟ ਟੂ ਹਾਈਲਾਈਟ ਹਿਜ਼ ਓਨ ਇਨਕੋਨਸੀਕੁਐਂਸ, ਲੈਟ ਮੀ ਪੁੱਟ ਇਟ। ਜਦੋਂ ਬੰਦਾ ਕੋਈ ਘਬਰਾ ਜਾਂਦਾ ਹੈ ਜਾਂ ਕੋਈ ਕਿਸੇ ਤਰੀਕੇ ਨਾਲ ਉਹ ਥੱਲੇ ਹੋ ਜਾਂਦਾ ਸਿਆਸਤ ਵਿੱਚ, ਫਿਰ ਇਹੋ ਜਿਹੇ ਬਿਆਨ ਦੇਣ ਦੀ ਉਹਨੂੰ ਆਦਤ ਹੈ। ਔਰ ਇਹ ਜਗਮੀਤ ਬਰਾੜ ਨੂੰ ਪਹਿਲੀ ਵਾਰ ਨਹੀਂ, ਮੈਂ ਤਾਂ 30 ਸਾਲ ਤੋਂ ਉਹਨੂੰ ਜਾਣਦਾ, ਇਹੋ ਜਿਹੇ ਕੰਮ ਕਰਦਾ। ਦਿਸ ਮੈਟਰ ਵਿਲ ਬੀ ਲੁਕਡ ਇਨ ਸੀਰੀਅਸਲੀ ਬਾਈ, ਹੀ ਇਜ਼ ਅ ਮੈਂਬਰ ਆਫ ਦੀ AICC ਐਂਡ ਆਈ ਵਿਲ ਆਲਸੋ ਟੈਲ AICC ਸਟ੍ਰਿਕਟਲੀ ਇਟ ਮਸਟ ਬੀ ਲੁਕਡ ਇਨ ਟੂ ਐਂਡ ਐਕਸ਼ਨ ਸ਼ੁੱਡ ਬੀ ਟੇਕਨ ਅਗੇਂਸਟ ਹਿਮ। ਦਿਸ ਇਜ਼ ਟੋਟਲ ਗ੍ਰੋਸ ਇਨਡਿਸਿਪਲਿਨ। ਜੋ ਫੈਸਲਾ ਕਾਂਗਰਸ ਪ੍ਰੈਜ਼ੀਡੈਂਟ ਨੇ ਕੀਤਾ, ਹੀ ਹੈਜ਼ ਨੋਬਡੀ ਟੂ ਕਮੈਂਟ।